ਇਸ਼ਕ ਚ ਅੰਨੀ ਹੋਈ ਪਤਨੀ ਦਾ ਕਾਰਾ, ਆਸ਼ਿਕ ਨਾਲ ਰਲ ਕੇ ਮਾਰਤਾ ਪਤੀ, ਕਤਲ ਕਰ ਬਦਲ ਦਿੱਤੇ ਮ੍ਰਿਤਕ ਦੇ ਕੱਪੜੇ, ਰਿਸ਼ਤੇਦਾਰਾਂ ਨੂੰ ਬਣਾਉਣ ਲੱਗੀ ਬੇਵਕੂਫ। ਪੁਲਿਸ ਦੀ ਜੀਪ ਵਿੱਚ ਬੈਠੀ ਇਸ ਸ਼ਾਤਰ ਔਰਤ ਦੇ ਵੱਲੋਂ ਆਪਣੇ ਹੀ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਆਪਣੇ ਆਸ਼ਿਕ ਦੇ ਨਾਲ ਰਲ ਕੇ ਪਤੀ ਦੇ ਸਿਰ 'ਚ ਤੇਜ਼ਧਾਰ ਹਥਿਆਰ ਮਾਰੇ ਤੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਇਸ ਔਰਤ ਦੇ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਬੇਵਕੂਫ ਬਣਾਇਆ ਗਿਆ। ਪਹਿਲਾਂ ਤਾਂ ਪਤੀ ਦਾ ਕਤਲ ਕਰ ਦਿੱਤਾ ਤੇ ਫਿਰ ਉਸਦੇ ਖੂਨ ਨਾਲ ਲੱਥ-ਪੱਥ ਕੱਪੜੇ ਬਦਲ ਕੇ ਉਸਨੂੰ ਵਿਹੜੇ 'ਚ ਮੰਜੀ ਤੇ ਲਟਾ ਦਿੱਤਾ ਅਤੇ ਫਿਰ ਸਵੇਰੇ ਉੱਠ ਕੇ ਕਹਿਣ ਲੱਗੀ ਕਿ ਪਤਾ ਨਹੀਂ ਕੌਣ ਮਾਰ ਗਿਆ ਹੈ। ਇਸ ਔਰਤ ਦੇ ਰਿਸ਼ਤੇਦਾਰਾਂ ਦੇ ਵੱਲੋਂ ਫਿਰ ਇਹ ਰਾਜ ਖੋਲਿਆ ਗਿਆ ਹੈ ਕਿ ਇੱਕ ਕਤਲ ਹੈ ਤੇ ਕਤਲ ਵੀ ਖੁਦ ਇਸਦੀ ਪਤਨੀ ਨੇ ਹੀ ਕੀਤਾ ਹੈ, ਉਹ ਵੀ ਆਪਣੇ ਆਸ਼ਿਕ ਦੇ ਨਾਲ ਰਲ ਕੇ। ਜਦੋਂ ਪੁਲਿਸ ਦੇ ਵੱਲੋਂ ਤਫਤੀਸ਼ ਕੀਤੀ ਗਈ ਅਤੇ ਪਤਨੀ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਪਤਨੀ ਨੇ ਸਾਰਾ ਰਾਜ ਉਗਲ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਇਸ ਕਾਤਲ ਪਤਨੀ ਨੂੰ ਹਿਰਾਸਤ 'ਚ ਲੈ ਲਿਆ ਅਤੇ ਫਰਾਰ ਆਸ਼ਿਕ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲਾ ਦਸੂਹਾ ਦੇ ਪਿੰਡ ਕੋਲੀਆਂ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪਤਨੀ ਦੇ ਵੱਲੋਂ ਆਪਣੇ ਹੀ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਤੇ ਫਿਰ ਇਸ ਤਰ੍ਹਾਂ ਡਰਾਮਾ ਰਚਿਆ ਕਿ ਉਸਨੂੰ ਕੁਝ ਪਤਾ ਹੀ ਨਹੀਂ। ਆਪਣੇ ਆਸ਼ਿਕ ਦੇ ਨਾਲ ਮਿਲ ਕੇ ਇਸ ਪਤਨੀ ਦੇ ਵੱਲੋਂ ਪਹਿਲਾਂ ਤਾਂ ਆਪਣੇ ਪਤੀ ਦੇ ਸਿਰ ਦੇ ਵਿੱਚ ਤੇਜ਼ਧਾਰ ਹਥਿਆਰ ਮਾਰੇ ਜਾਂਦੇ ਨੇ, ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਫਿਰ ਉਸਦੇ ਕੱਪੜੇ ਬਦਲ ਕੇ ਉਸਨੂੰ ਮੰਜੀ ਤੇ ਵਿਹੜੇ 'ਚ ਲਟਾ ਦਿੱਤਾ ਜਾਂਦਾ ਹੈ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਅਤੇ ਫਿਰ ਜਦੋਂ ਲੋਕਾਂ ਵੱਲੋਂ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦੀ ਹੈ ਕਿ ਉਸਨੂੰ ਕੁਝ ਵੀ ਨਹੀਂ ਪਤਾ, ਉਹ ਅੰਦਰ ਬੱਚਿਆਂ ਦੇ ਨਾਲ ਸੁੱਤੀ ਹੋਈ ਸੀ। ਰਿਸ਼ਤੇਦਾਰਾਂ ਦੇ ਕਹਿਣ ਤੇ ਜਦੋਂ ਪੁਲਿਸ ਨੇ ਪਤਨੀ ਤੋਂ ਪੁੱਛ ਪੜਤਾਲ ਕੀਤੀ ਤਾਂ ਫਿਰ ਸਾਰਾ ਸੱਚ ਸਾਹਮਣੇ ਆ ਗਿਆ ਕਿ ਇਹ ਪਤਨੀ ਨੇ ਹੀ ਆਪਣੇ ਆਸ਼ਿਕ ਦੇ ਨਾਲ ਰਲ ਕੇ ਆਪਣੇ ਪਤੀ ਦਾ ਕਤਲ ਕੀਤਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਇਸ ਕਾਤਲ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਜਦਕਿ ਫਰਾਰ ਆਸ਼ਿਕ ਦੀ ਭਾਲ ਕੀਤੀ ਜਾ ਰਹੀ ਹੈ।